ਇੱਕ ਕੁੜੀ ਨੇ ਆਪਣੇ ਆਸ਼ਕ ਨੂੰ ਚੱਲਦੀ ਟ੍ਰੇਨ ਦੇ ਅੱਗੇ ਧੱਕਾ ਦੇ ਦਿੱਤਾ। ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਦੋਵੇਂ ਜਾਣੇ ਇਕੱਠੇ ਰਹਿੰਦੇ ਸੀ। ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ, ਜਿਸ ਤੋਂ ਬਾਅਦ ਪ੍ਰੇਮਿਕਾ ਦੇ ਵੱਲੋਂ ਆਪਣੇ ਪ੍ਰੇਮੀ ਨੂੰ ਰੇਲਵੇ ਲਾਈਨ 'ਤੇ ਲਿਜਾਇਆ ਗਿਆ, ਫਿਰ ਚੱਲਦੀ ਟ੍ਰੇਨ ਦੇ ਅੱਗੇ ਧੱਕਾ ਦੇ ਦਿੱਤਾ। ਦੱਸਦੇ ਕਿ ਕੁੜੀ ਪਹਿਲਾਂ ਵਿਆਹੀ ਹੋਈ ਸੀ, ਉਸ ਤੋਂ ਬਾਅਦ ਆਪਣੇ ਪ੍ਰੇਮੀ ਦੇ ਨਾਲ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੀ ਸੀ। ਜਦੋਂ ਇਸ ਗੱਲ ਦਾ ਆਸ਼ਕ ਨੂੰ ਪਤਾ ਲੱਗਾ ਤਾਂ ਉਸਨੇ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਬਸ ਇਸ ਗੱਲ ਨੂੰ ਲੈ ਕੇ ਕੁੜੀ ਦੇ ਵੱਲੋਂ ਕਿਹੜ ਕੱਢੀ ਗਈ। ਆਪਣੇ ਪ੍ਰੇਮੀ ਨੂੰ ਰੇਲਵੇ ਲਾਈਨ 'ਤੇ ਲਿਜਾ ਕੇ ਚੱਲਦੀ ਟ੍ਰੇਨ ਦੇ ਅੱਗੇ ਧੱਕਾ ਮਾਰਿਆ ਗਿਆ। ਦੱਸਦੇ ਕਿ ਦੋਵੇਂ ਜਾਣੇ ਘਰੋਂ ਭੱਜ ਕੇ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਸੀ। ਮ੍ਰਿਤਕ ਦੇ ਭਰਾ ਨੇ ਸ਼ੱਕ ਜਤਾਇਆ ਤਾਂ ਪੁਲਿਸ ਨੇ ਆਰੋਪੀ ਆਰਤੀ ਨੂੰ ਗ੍ਰਿਫਤਾਰ ਕੀਤਾ। ਸੋਨੀਪਤ ਦੇ ਨਿਊ ਬਾਬਾ ਕਲੋਨੀ ਦਾ ਇਹ ਮਾਮਲਾ ਹੈ। ਨੇੜੇ ਦੇ ਰੇਲਵੇ ਟਰੈਕ 'ਤੇ ਮੁੰਡੇ ਦੀ ਲਾਸ਼ ਮਿਲੀ ਹੈ। ਆਂਢ ਗੁਆਂਢ ਦੇ ਵਿੱਚ ਪਹਿਲਾਂ ਦੋਵੇਂ ਰਹਿੰਦੇ ਸੀ ਭਗਤ ਸਿੰਘ ਕਲੋਨੀ ਦੇ ਵਿੱਚ, ਹੁਣ ਕਿਰਾਏ ਦੇ ਮਕਾਨ 'ਤੇ ਰਹਿੰਦੇ ਸੀ। ਇਹਨਾਂ ਦੀ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ ਕੁੜੀ ਦੇ ਵੱਲੋਂ ਆਪਣੇ ਆਸ਼ਕ ਨੂੰ ਚੱਲਦੀ ਟ੍ਰੇਨ ਦੇ ਅੱਗੇ ਧੱਕਾ ਦਿੱਤਾ ਗਿਆ, ਜਿਸ ਦੇ ਨਾਲ ਉਸਦੀ ਮੌਤ ਹੋ ਗਈ। ਇਹ ਦਿਨਾਂਕ 27 ਸੇ 6 24 ਕੋ ਨਾ ਆਰਤੀ ਨਾਮ ਕੀ ਲੇਡੀਜ਼ ਥੀ, ਆਰਤੀ ਨਾਮ ਕੀ ਲੇਡੀਜ਼ ਥੀ ਜੀ, ਆਪਣੇ ਲਿਵਿੰਗ ਰਿਲੇਸ਼ਨਸ਼ਿਪ ਮੇਂ ਰਹਿ ਰਹੀ ਥੀ ਅੰਕਿਤ ਨਾਮ ਕੇ ਲੜਕੇ ਕੇ ਸਾਥ, ਦੋਨੋਂ ਹੀ ਬਾਬਾ ਕਲੋਨੀ ਰਹਿਣੇ ਵਾਲੇ ਥੇ। ਔਰ ਸੁਬਹ ਸੁਬਹ 4:30 ਵਜੇ ਕਰੀਬ ਨੇ ਇਸਨੇ ਅੰਕਿਤ ਕੇ ਨਾ ਰੇਲ ਕੇ ਪੱਟੀ ਕੇ ਸਾਥ ਮੈਂ ਧੱਕਾ ਮਾਰ ਗਏ ਔਰ ਰੇਲ ਸੇ ਟਕਰਾ ਗਿਆ, ਜਿਸ ਕਾਰਨ ਉਸਕੀ ਮੌਤ ਹੋ ਗਈ। ਆਰਤੀ ਕੋ 3/7/24 ਕੋ ਗ੍ਰਿਫਤਾਰ ਕਰ ਲਿਆ ਗਿਆ ਹੈ। ਵਹ ਕੋਰਟ ਮੇਂ ਪੇਸ਼ ਕਰਕੇ ਜ਼ਿਲ੍ਹਾ ਜੇਲ੍ਹ ਸੋਨੀਪਤ ਭੇਜ ਦਿਆ ਗਿਆ ਹੈ। ਹੱਤਿਆ ਕਾ ਕਾਰਨ ਯਹੀ ਥਾ ਕਿ ਲਿਵ ਇਨ ਰਿਲੇਸ਼ਨਸ਼ਿਪ ਮੇਂ ਰਹਿ ਰਹੇ ਥੇ, ਇਸਕੋ ਨਹੀਂ ਪਤਾ ਥਾ ਵੀ ਇਹ ਪਹਿਲੇ ਸੇ ਹੀ ਆਰਤੀ ਸ਼ਾਦੀ ਸ਼ੁਦਾ ਹੈ ਔਰ ਉਹ ਸ਼ਾਦੀ ਕੇ ਲੀਏ ਸ਼ਾਦੀ ਕੀ ਬਾਤ ਕੋ ਲੈ ਕਰ ਆਪਸੀ ਮੇਂ ਕਾ ਸੁਣੀ ਔਰ ਝਗੜਾ ਹੋ ਗਿਆ ਥਾ। ਆਰਤੀ ਸ਼ਾਦੀ ਕਰਨਾ ਚਾਹਤੀ ਥੀ ਯਾ ਅੰਕਿਤ ਸ਼ਾਦੀ ਕਰਨਾ ਚਾਹਤਾ ਥਾ? ਆਰਤੀ ਸ਼ਾਦੀ ਕਰਨਾ ਚਾਹਤੀ ਥੀ। ਅੰਕਿਤ ਸ਼ਾਦੀ ਨਹੀਂ ਕਰਨਾ ਚਾਹਤਾ? ਬਾਅਦ ਮੇਂ ਪਤਾ ਲੱਗਣੇ ਕੇ ਬਾਅਦ ਨਹੀਂ ਕਰਨਾ ਚਾਹ ਰਹਾ ਥਾ। ਇਸੀ ਲਈ ਉਸਕੇ ਪੇ ਹਾਂ, ਇਹ ਬਾਬਾ ਕਲੋਨੀ ਕੇ ਰਹਿਣੇ ਵਾਲੇ, ਦੋਨੋਂ ਹੀ ਬਾਬਾ ਕਲੋਨੀ ਕੇ ਰਹਿਣੇ ਵਾਲੇ ਥੇ। ਇੱਕ ਕੁੜੀ ਨੇ ਆਪਣੇ ਆਸ਼ਕ ਨੂੰ ਚੱਲਦੀ ਟ੍ਰੇਨ ਦੇ ਅੱਗੇ ਧੱਕਾ ਦੇ ਦਿੱਤਾ। ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਦੋਵੇਂ ਜਾਣੇ ਇਕੱਠੇ ਰਹਿੰਦੇ ਸੀ। ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ, ਜਿਸ ਤੋਂ ਬਾਅਦ ਪ੍ਰੇਮਿਕਾ ਦੇ ਵੱਲੋਂ ਆਪਣੇ ਪ੍ਰੇਮੀ ਨੂੰ ਰੇਲਵੇ ਲਾਈਨ 'ਤੇ ਲਿਜਾਇਆ ਗਿਆ, ਫਿਰ ਚੱਲਦੀ ਟ੍ਰੇਨ ਦੇ ਅੱਗੇ ਧੱਕਾ ਦੇ ਦਿੱਤਾ। ਦੱਸਦੇ ਕਿ ਕੁੜੀ ਪਹਿਲਾਂ ਵਿਆਹੀ ਹੋਈ ਸੀ, ਉਸ ਤੋਂ ਬਾਅਦ ਆਪਣੇ ਪ੍ਰੇਮੀ ਦੇ ਨਾਲ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੀ ਸੀ। ਜਦੋਂ ਇਸ ਗੱਲ ਦਾ ਆਸ਼ਕ ਨੂੰ ਪਤਾ ਲੱਗਾ ਤਾਂ ਉਸਨੇ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਬਸ ਇਸ ਗੱਲ ਨੂੰ ਲੈ ਕੇ ਕੁੜੀ ਦੇ ਵੱਲੋਂ ਕਿਹੜ ਕੱਢੀ ਗਈ। ਆਪਣੇ ਪ੍ਰੇਮੀ ਨੂੰ ਰੇਲਵੇ ਲਾਈਨ 'ਤੇ ਲਿਜਾ ਕੇ ਚੱਲਦੀ ਟ੍ਰੇਨ ਦੇ ਅੱਗੇ ਧੱਕਾ ਮਾਰਿਆ ਗਿਆ। ਦੱਸਦੇ ਕਿ ਦੋਵੇਂ ਜਾਣੇ ਘਰੋਂ ਭੱਜ ਕੇ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਸੀ। ਮ੍ਰਿਤਕ ਦੇ ਭਰਾ ਨੇ ਸ਼ੱਕ ਜਤਾਇਆ ਤਾਂ ਪੁਲਿਸ ਨੇ ਆਰੋਪੀ ਆਰਤੀ ਨੂੰ ਗ੍ਰਿਫਤਾਰ ਕੀਤਾ। ਸੋਨੀਪਤ ਦੇ ਨਿਊ ਬਾਬਾ ਕਲੋਨੀ ਦਾ ਇਹ ਮਾਮਲਾ ਹੈ। ਨੇੜੇ ਦੇ ਰੇਲਵੇ ਟਰੈਕ 'ਤੇ ਮੁੰਡੇ ਦੀ ਲਾਸ਼ ਮਿਲੀ ਹੈ। ਆਂਢ ਗੁਆਂਢ ਦੇ ਵਿੱਚ ਪਹਿਲਾਂ ਦੋਵੇਂ ਰਹਿੰਦੇ ਸੀ ਭਗਤ ਸਿੰਘ ਕਲੋਨੀ ਦੇ ਵਿੱਚ, ਹੁਣ ਕਿਰਾਏ ਦੇ ਮਕਾਨ 'ਤੇ ਰਹਿੰਦੇ ਸੀ। ਇਹਨਾਂ ਦੀ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ ਕੁੜੀ ਦੇ ਵੱਲੋਂ ਆਪਣੇ ਆਸ਼ਕ ਨੂੰ ਚੱਲਦੀ ਟ੍ਰੇਨ ਦੇ ਅੱਗੇ ਧੱਕਾ ਦਿੱਤਾ ਗਿਆ, ਜਿਸ ਦੇ ਨਾਲ ਉਸਦੀ
ਮੌਤ ਹੋ ਗਈ। ਇਹ ਦਿਨਾਂਕ 27 ਸੇ 6 24 ਕੋ ਨਾ ਆਰਤੀ ਨਾਮ ਕੀ ਲੇਡੀ ਥੀ, ਆਰਤੀ ਨਾਮ ਕੀ ਲੇਡੀ ਥੀ ਜੀ ਆਪਣੇ ਲਿਵਿੰਗ ਰਿਲੇਸ਼ਨਸ਼ਿਪ ਮੇਂ ਰਹਿ ਰਹੀ ਥੀ ਅੰਕਿਤ ਨਾਮ ਕੇ ਲੜਕੇ ਕੇ ਸਾਥ, ਦੋਨੋਂ ਹੀ ਬਾਬਾ ਕਲੋਨੀ ਰਹਿਣੇ ਵਾਲੇ ਥੇ। ਔਰ ਸੁਬਹ ਸੁਬਹ 4:30 ਵਜੇ ਕਰੀਬ ਨਾ ਇਸਨੇ ਅੰਕਿਤ ਕੇ ਨਾ ਰੇਲ ਕੇ ਪੱਟੀ ਕੇ ਸਾਥ ਮੈਂ ਨਾ ਧੱਕਾ ਮਾਰ ਗਏ ਔਰ ਰੇਲ ਸੇ ਟਕਰਾ ਗਿਆ, ਜਿਸ ਕਾਰਨ ਉਸਕੀ ਮੌਤ ਹੋ ਗਈ। ਆਰਤੀ ਕੋ 3/7/24 ਕੋ ਗ੍ਰਿਫਤਾਰ ਕਰ ਲਿਆ ਗਿਆ ਹੈ, ਵਹ ਕੋਰਟ ਮੇਂ ਪੇਸ਼ ਕਰਕੇ ਜ਼ਿਲ੍ਹਾ ਜੇਲ੍ਹ ਸੋਨੀਪਤ ਭੇਜ ਦਿਆ ਗਿਆ ਹੈ। ਹੱਤਿਆ ਕਾ ਕਾਰਨ ਯਹੀ ਥਾ ਕਿ ਲਿਵ ਇਨ ਰਿਲੇਸ਼ਨਸ਼ਿਪ ਮੇਂ ਰਹਿ ਰਹੇ ਥੇ, ਇਸਕੋ ਨਹੀਂ ਪਤਾ ਥਾ ਵੀ ਇਹ ਪਹਿਲੇ ਸੇ ਹੀ ਆਰਤੀ ਸ਼ਾਦੀ ਸ਼ੁਦਾ ਹੈ ਔਰ ਉਹ ਸ਼ਾਦੀ ਕੇ ਲੀਏ ਸ਼ਾਦੀ ਕੀ ਬਾਤ ਕੋ ਲੇਕਰ ਆਪਸੀ ਮੇਂ ਕਾ ਸੁਣੀ ਔਰ ਝਗੜਾ ਹੋ ਗਿਆ ਥਾ। ਆਰਤੀ ਸ਼ਾਦੀ ਕਰਨਾ ਚਾਹਤੀ ਥੀ ਯਾ ਅੰਕਿਤ ਸ਼ਾਦੀ ਕਰਨਾ ਚਾਹਤਾ ਥਾ? ਆਰਤੀ ਸ਼ਾਦੀ ਕਰਨਾ ਚਾਹਤੀ ਥੀ, ਅੰਕਿਤ ਸ਼ਾਦੀ ਨਹੀਂ ਕਰਨਾ ਚਾਹਤਾ। ਬਾਅਦ ਮੇਂ ਪਤਾ ਲੱਗਣੇ ਕੇ ਬਾਅਦ ਨਹੀਂ ਕਰਨਾ ਚਾਹ ਰਹਾ ਥਾ। ਇਸੀ ਲਈ ਉਸਕੇ ਪਿਤਾ ਬਾਬਾ ਕਲੋਨੀ ਕੇ ਰਹਿਣੇ ਵਾਲੇ, ਦੋਨੋਂ ਹੀ ਬਾਬਾ ਕਲੋਨੀ ਕੇ ਰਹਿਣੇ ਵਾਲੇ ਥੇ।